ਬਾ ਰੱਟੀ ਗਈ ਪੱਕੀ ਤਾਂ ਹੁਣ ਥੋੜੀ ਦੇਰ ਜੇ ਨਾ ਤਾਂ ਆਵਾ ਲਾਈ ਕਿ ਨਾ ਤਾਂ ਮੁੰਡੇ ਕੀ ਫੀਡਰ ਦੇ ਕਿ ਨਾ ਤਾਂ ਫਿਰ ਉਸ ਤੋਂ ਬਾਅਦ ਅੱਛੀ ਤਰ੍ਹਾਂ ਸਕੂਨ ਨਾਲ ਬੈਠਾ ਰੋਟੀ ਖਾਸਾਂ ਕਿ ਆ ਕਿ ਜਿਤਨੀ ਦੇਰ ਤੱਕ ਮੈਂ ਆਵਾ ਨਾ ਲਾਸਾਂ ਮਾੜਾ ਦਿਮਾਗ ਖਰਾਬ ਹੋਇਆ ਰਸੀ ਗਰਮੀ ਮਾੜਾ ਤਾਇਆ ਦਿਮਾਗ ਹੀ ਪਾਗਲ ਕਰੀ ਮਾੜਾ ਤਾਂ ਸਿਰ ਦਰਦ ਕਰਨ ਪਿਆ ਪਹਿਲਾਂ ਜੇ ਮੁੰਡੇ ਕੀ ਫੀਡਰ ਦੇਈ ਅੱਛਾ ਤਾਂ ਹਵਾ ਲਾਈ ਅੱਛਾ ਤਾਂ ਫਿਰ ਉਸ ਤੋਂ ਬਾਅਦ ਰੋਟੀ ਖਾਸਾਂ ਬਿਸਮਿਲਲਾ ਬਿਸਮਿਲਲਾ ਮਾਮਾ ਰੋਟੀ ਪਕਾਉਣੀ ਸੀ ਨਾ ਕਿਆ ਕਰਾਂ ਮਾਮਾ ਰੋਟੀ ਵੀ ਤਾਂ ਪਕਾਉਣੀ ਹੋਣੀ ਨਾ ਐ ਮੈਂ ਆਪਣੇ ਪੁੱਤਰਾ ਕੋ ਲਾਈ ਠੀਆਂ ਲੈ 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 ਨਾ ਲੋ ਓ ਮਾੜਾ ਪੁੱਤਰ ਐ ਮਾੜਾ ਪੁੱਤਰ ਐ ਮੈਂ ਫੀਡਰ ਬਸ ਆ ਠੰਡਾ ਆਈ ਕਿ ਨਾ ਦੁੱਧ ਤਾਂ ਮੈਂ ਫੀਡਰਾ ਵਿੱਚ ਆਪਣੇ ਪੁੱਤਰਾ ਕੀ ਬਾਈ ਤੇ ਦੇਣੀ ਆ ਮਾਮਾ ਵੀ ਅਲੇ ਰੋਟੀ ਕੋਈ ਨਾ ਖਾਦੀ ਨਹੀਂ ਮਾਮਾ ਕੋਈ ਰੋਣੀ ਤਾਂ ਕੀ ਮਾਮਾ ਵੀ ਭੁੱਖੀ ਆ ਨਾ ਮਾਮਾ ਵੀ ਅਲੇ ਰੋਟੀ ਕੋਈ ਨਾ ਖਾਦੀ ਨਹੀਂ ਐ ਲੈ 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 ਮਾੜਾ ਪੁੱਤਰ ਓ ਮਾੜਾ ਪੁੱਤਰ ਮਿਲੀ ਜਾ ਪੁੱਤਰਾ ਤੱਕ ਉਹ ਜਨਾਨੀ ਰੋਟੀ ਪਕਾਈ ਰਹੀ ਕਿ ਕੋਈ ਨਹੀਂ ਪਕਾਈ ਰਹੀ ਜੇ ਜਨਾਨੀ ਰੋਟੀ ਪਕਾਈ ਰਹੀ ਨਾ ਫਟਾਫਟ ਜਾ ਤਾਂ ਮਾੜੇ ਸਾ ਵੀ ਰੋਟੀ ਬਾਈ ਤਾਂ ਆਨ ਤਾਂ ਆਪਣੇ ਸਾ ਵੀ ਬਾਈ ਤਾਂ ਆਨ ਤਾਂ ਬਰਚੀ ਹੋਣੇ ਕੀ ਤਾਲਾ ਲਾਈ ਤਾਂ ਅੱਛੀ ਆਹੋ ਅੰਮੀ ਮੈਂ ਤੱਕੀ ਸੀ ਰੋਟੀ ਪਕਾਈ ਤਾਂ ਅੰਦਰ ਗਈ ਸੀ ਮਾੜੇ ਖਿਆਲ ਵਿੱਚ ਮੁੰਡੇ ਨੇ ਕੋਲ ਗਈ ਹੈ ਤਾਂ ਖਲੋ ਮੈਂ ਬਾਈ ਤਾਂ ਆਨੀ ਆ ਤਾਂ ਨਾਲ ਫਿਰ ਅਸ਼ਨੀਆਂ ਤਾਲਾ ਕਿਉਂ ਲਾਈ ਤਾਂ ਅੱਛਾ ਤਾਲਾ ਇਸ ਮਾਨਿਆ ਲਾਈ ਤਾਂ ਆ ਕੇ ਜਨਾਨੀ ਅੱਜ ਕੱਲ੍ਹ ਪੁੱਠੇ ਕਰਤੂਤ ਪੋੜੇ ਹੋਏ ਨੀ ਇਹ ਜਨਾਨੀ ਪਤਾ ਕਿਆ ਕਰਨੀ ਹੈ ਅੱਜ ਕੱਲ੍ਹ ਰੋਟੀ ਦਾ ਸਾਲਨ ਬਾਈ ਸ਼ੈਪਰਿਆਂ ਨੇ ਵੀ ਤਾਂ ਚਾਦਰੀ ਨੇ ਹੇਠ ਕਰੀ ਨਾ ਤਾਂ ਕੱਚਾ ਥਲਾ ਰੱਖੀ ਤਾਂ ਮਊ ਅਸਾ ਤਾਂ ਪ੍ਰਭੂ ਅਸਾ ਖੜਨੀ ਗੀ ਤਾਂ ਇਹ ਪਤਾ ਕਿਆ ਕਰ ਤੂੰ ਨਾ ਫਟਾਫਟ ਰੋਟੀ ਬਾਈ ਆਨੀ ਨਾ ਤਾਂ ਬਰਚੀ ਖਾਣੇ ਕੀ ਤਾਲਾ ਲਾਈ ਤਾਂ ਜਾ ਮਾੜੇ ਅਸਾ ਵੀ ਬਾਈ ਤਾਂ ਉਹ ਤੁਹਾਡੇ ਅੱਬਾ ਵੀ ਆਈ ਠੀ ਅੱਬੇ ਅਸਾ ਵੀ ਬਾਈ ਆਨ ਤਾਂ ਆਪਣੇ ਅਸਾ ਵੀ ਬਾਈ ਤਾਂ ਜਾ ਅਸਾ ਤਰਿਆਂ ਅਸਾ ਰੋਟੀ ਥੀ ਕਿ ਨਹੀਂ ਆ ਤਾਂ ਬਾਕੀ ਬਰਚੀ ਖਾਣੇ ਕੀ ਫਟਾਫਟ ਤਾਲਾ ਲਾਈ ਤਾਂ ਅੱਛੀ ਮੜੇ ਇਹ ਬਰਚੀ ਖਾਣਾ ਪਤਾ ਨਹੀਂ ਕੁਛ ਬੰਦ ਕਰੀ ਛੜਿਆ ਪਤਾ ਵੀ ਐਸੇ ਰੋਟੀ ਖਾਸੀ ਤਾਂ ਬਰਚੀ ਖਾਣੇ ਤਾਲਾ ਕੁਛ ਲਿਆ ਕੱਲ੍ਹ ਮੈਂ ਪੁੱਛਣੀ ਆ ਇਹਨਾਂ ਕਿ ਤਾਲਾ ਕਿਵੇਂ ਲੈ ਆਈ ਇਹ ਆਂਟੀ ਇਹ ਬਰਚੀ ਖਾਣੇ ਕਿ ਤਾਲਾ ਕੁਛ ਲਿਆ ਮੈਂ ਰੋਟੀ ਖਾਣ ਗਈ ਹਾਂ ਤਾਂ ਮੈਂ ਆਇਆ ਮੁੰਡੇ ਕਿ ਪਹਿਲਾਂ ਮੈਂ ਦੁੱਧ ਪਿਲਾਈ ਅੱਛਾ ਤਾਂ ਹੁਣ ਮੈਂ ਆਇਆ ਜੇ ਤਾਂ ਰੋਟੀ ਖਾਂ ਹੁਣ ਤੱਕ ਨਹੀਂ ਆ ਬਰਚੀ ਖਾਣੇ ਕਿ ਤਾਲਾ ਲਿਆ ਨਾ ਇਹ ਬਰਚੀ ਖਾਣੇ ਕਿ ਤਾਲਾ ਕੁਛ ਲੈ ਆਇਆ ਕਿਆ ਪਤਾ ਮੈਂ ਤਾਂ ਨਹੀਂ ਲਾਇਆ ਮੈਂ ਤਾਂ ਇੱਥੇ ਬੈਠੀ ਨਹੀਂ ਆ ਮੈਂ ਤਾਂ ਬਾਹਰ ਨਾ ਗਈ ਹਾਂ ਪੂਰੇ ਕੁੜੀ ਨਾ ਤਾਲਾ ਲਾਈ ਤਾਂ ਚਾਬੀ ਨਾਲ ਕਿੰਤਾ ਗਈ ਠੀ ਰਿਹਾ ਲਾ ਕਹਿ ਪਰਸੋਂ ਵੀ ਕੋਈ ਘਿਓ ਕੱਢੀ ਕਿ ਨਹੀਂ ਆ ਨਾ ਬਰਚੀ ਖਾਣੇ ਨੇ ਵਿੱਚੋਂ ਤਾਂ ਆਨੀ ਅਸੀਂ ਕੋਈ ਹੋਰ ਜੇ ਕਿ ਨਾ ਕੱਢੀ ਕਿ ਨਹੀਂ ਜਾ ਕਿਤਨੇ ਦੜੇ ਹੋਈਏ ਮਾੜਾ ਸੋਦਾ ਜੜਾ ਨਾ ਘਿਓ ਵੀ ਨਿਕਲਣਾ ਲੂਣ ਮਿਰਚੀ ਵੀ ਨਿਕਲਣੀਆਂ ਉਸ ਦੜਾ ਪੂਰੇ ਲੰਮੇ ਕੋਈ ਬਸਪਤੀ ਨੇ ਚਾਵਲ ਇੰਡੀਆ ਕਰਨਲ ਨੇ ਕੋਈ ਕੱਢੀ ਕਿ ਨਹੀਂ ਆ 2-3 ਕਿਲੋ ਕੋ ਚਾਵਲ ਕੱਢੀ ਕਿ ਨਹੀਂ ਆ ਤਾਂ ਇਸ ਮਾਰਿਆ ਨਾ ਬਰਚੀ ਖਾਣੇ ਕਿ ਤਾਲਾ ਲਾਇਆ ਉਸ ਇਸ ਤਾਂ ਤਾਲਾ ਲਾਈ ਤਾਂ ਚਾਬੀ ਨਾਲ ਕਿੰਤਾ ਗਈ ਠੀ ਮੀਂਹ ਤਾਂ ਨਹੀਂ ਪਤਾ ਮੈਂ ਤਾਂ ਇੱਥੇ ਅੰਦਰੇ ਬੈਠੀ ਨਹੀਂ ਆ ਅੱਜ ਤਾਂ ਮੈਂ ਹਲੇ ਰੋਟੀ ਖਾਸਾਂ ਮੈਂ ਹਲੇ ਰੋਟੀ ਖਾਈਆਂ ਉਹ ਪਤਾ ਨਹੀਂ ਘੜੇ ਵਾਲਾ ਮੁੜਸੀ ਦਾ ਮੈਂ ਹਲੇ ਅੰਮੀ ਨੇ ਘਰ ਵੀ ਜਾਸਾਂ ਰੋਟੀ ਪਕਾਉਣੇ ਆਸਤਾ ਤਾਂ ਮੈਂ ਜਿਹੜਾ ਨਾ ਹਲੇ ਰੋਟੀ ਵੀ ਖਾਸਾਂ ਇਹ ਕੁੜੀ ਦਾ ਡਰਾਮਾ ਕੀਤਾ ਹੈ ਚੰਗਾ ਭਲਾ ਇਸ ਕੁੜੀ ਕੀ ਪਤਾ ਵੀ ਆਇਆ ਕਿ ਮੈਂ ਹਲੇ ਭੁੱਖੀ ਅੰਦਰ ਬੈਠੀ ਨਹੀਂ ਹਾਂ ਮੈਂ ਹਲੇ ਮੁੰਡੇ ਕੀ ਦੁੱਧ ਪਿਲਾਉਣੀ ਪਈ ਹਾਂ ਮੈਂ ਮੁੰਡੇ ਕੀ ਦੁੱਧ ਪਿਲਾਈ ਕਿ ਨਾ ਤਾਂ ਉਸ ਤੋਂ ਬਾਅਦ ਮੈਂ ਜੇ ਤਾਂ ਰੋਟੀ ਖਾਸਾਂ ਤਾਂ ਇਹ ਪਈ ਤਾਂ ਬਰਚੀ ਖਾਣੇ ਕੀ ਤਾਲਾ ਲਾਈ ਇਹ ਚੰਗਾ ਮਾਨਣਾ ਡਰਾਮਾ ਆ ਡਰਾਮਾ ਉਹ ਨਹੀਂ ਕਰਨੀ ਪਈ ਡਰਾਮੇ ਆਏ ਤਾਂ ਤੂੰ ਕਰਨੀ ਪਈ ਹੈ ਤੂੰ ਜਿਹੜਾ ਇੱਕ ਨਵਾਂ ਵਸਬ ਪੋੜਿਆ ਆਇਆ ਨਾ ਉਹ ਬੜਾ ਮੰਦਾ ਪੋੜਿਆ ਆਇਆ ਤਾਂ ਬਰਚੀ ਖਾਣੇ ਤਾਲਾ 'ਚ ਉਹ ਨਾ ਨਾ ਲਾਣੀ ਤਾਂ ਬਰਚੀ ਖਾਣੇ ਤਾਲਾ ਮੈਂ ਆਪ ਲਾਉਂਗਾ ਮੈਂ ਐਸਾ ਕਿਆ ਕਰੀ ਛੋੜਿਆ ਜਿਹੜਾ ਤੁਸਾਂ ਬਰਚੀ ਖਾਣੇ ਕੀ ਤਾਲਾ ਲਾਉਂਗਾ ਦੱਸੋ ਨਾ ਐਸਾ ਮੈਂ ਕਿਆ ਕੀਤਾ ਕਿਆ ਖੜਿਆ ਤੁਸਾਂ ਨੇ ਬਰਚੀ ਖਾਣੇ ਵਿੱਚੋਂ ਕਿਆ ਮੈਂ ਕੁਛ ਆਖੀ ਬਾਈ ਤਾਂ ਦਿੱਤਾ ਜਿਸਦੀ ਵਜ੍ਹਾ ਤੋਂ ਤੁਸ ਬਰਚੀ ਖਾਣੇ ਕੀ ਤਾਲਾ ਲਾਉਂਗਾ ਅੱਜ ਕੱਲ੍ਹ ਮਾੜੇ ਕਰੋ ਜੇ ਕਿਸੇ ਪਕਾਈ ਪਕਾਈ ਤਾਂ ਮਊ ਨੇ ਘਰ ਖੜਨੀ ਹੈ ਮਾੜੇ ਘਰ ਕਾ ਸੋਦੇ ਫ੍ਰੀ ਅਛਨੇ ਹੈ ਮਾੜੇ ਘਰ ਆਟੇ ਚਾਵਲ ਫ੍ਰੀ ਨੇ ਪਿੱਛਾ ਕੋ ਮਾੜੇ ਰਿਸ਼ਤੇਦਾਰ ਨੂੰ ਹਕੂਮਤ ਲੈ ਜੇ ਮਾੜੇ ਘਰ ਸਸਤਾ ਸੋਦਾ ਭੇਜਣੇ ਸੋਦਿਆਂ ਨੇ ਕਹਿ ਪਾਓ ਅੰ ਤਾਂ ਤੂੰ ਸਾਰਾ ਸੋਦਾ ਇੱਥੋਂ ਬਾਈ ਬਾਈ ਤਾਂ ਪਕਾਈ ਪਕਾਈ ਤਾਂ ਮਊ ਅਸਤਾ ਤਾਂ ਪ੍ਰਵਸਤਾ ਖੜਨੀ ਹੈ ਹਾਏ ਅੱਲਾ ਕਿਤਨੀ ਝੂਠੀ ਜਨਾਨੀ ਹੈ ਸਰੀਏ ਤੂੰ ਖੱਟਾ ਪਰ ਬੈਠੀ ਵੀ ਝੂਠ ਮਾਰਨੀ ਹੈ ਨੀ ਦੱਸ ਮੈਂ ਕਿਆ ਖੜਿਆ ਇੱਥੋਂ ਮੈਂ ਖੱਟਾ ਪਰ ਬੈਠੀ ਨਹੀਂ ਹਾਂ ਲੇਕਿਨ ਮਾੜੀਆਂ ਨਜ਼ਰਾਂ ਤੁਹਾਡੇ ਪਰ ਹੋਣੀਆਂ ਮੈਂ ਕੱਲ੍ਹ ਤੱਕ ਨਹੀਂ ਸੀਆਂ ਜਿਲ੍ਹਾ ਤੋਂ ਚਾਦਰੀ ਨੇ ਹੇਠ ਜੇ ਕੀ ਛਪਾਈ ਤਾਂ ਖੜਨੀ ਪਈ ਸੀ ਨਾ ਸ਼ੈਪਰਾ ਵਿੱਚ ਬਾਈ ਉਲਾ ਮੈਂ ਤੱਕਣੀ ਪਈ ਸੀ ਆਏ 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 ਬੜੀ ਤੱਕਣੀ ਪਈ ਸੀ ਉਹ ਤਾਂ ਚਾਦਰੀ ਨੇ ਥੱਲੇ ਸੁੱਕੀਆਂ ਹੋਈਆਂ ਰੋਟੀਆਂ ਸਨ 4-5 ਸਨ ਅੰਦਰ ਪਈਆਂ ਹੋਈਆਂ ਤਾਂ ਮੈਂ ਅੰਮੀ ਨਹੀਂ ਮੰਜੀ ਅਸਾਂ ਕਿੰਤਾ ਗੇਟੀਆਂ ਮੈਂ ਹਾਂ ਮੈਂ ਆਪਣੀ ਅੰਮੀ ਨਹੀਂ ਮੰਜੀ ਕੀ ਦੇਸਾਂ ਚਲੋ ਅੰਮੀ ਮੈਂ ਕਿਤਾਬੇ ਨੇ ਵਿੱਚ ਬਾਈ ਛੋਟ ਸਨ ਤਾਂ ਮਾੜੀ ਅੰਮਾ ਇਤਨੀ ਭੁੱਖੀ ਨਹੀਂ ਕਿ ਮੈਂ ਉਸਕੀ ਇੱਥੋਂ ਖੜੀ ਤਾਂ ਜੇ ਕੀ ਦੇਸਾਂ ਮਾੜੀ ਅੰਮਾ ਨੇ ਘਰ ਅੱਲਾ ਨਾਲ ਲੱਖ ਲੱਖ ਸ਼ੁਕਰ ਹੈ ਦੁੱਧ ਮੱਖਣ ਲੱਸੀ ਚਾਵਲ ਕਣਕ ਹਰ ਸ਼ੈ ਉਹਨਾਂ ਨੇ ਘਰ ਮੌਜੂਦ ਹੈ ਸਿਰਫ ਮੈਂ ਜਾਣੀ ਹਾਂ ਉਹਨਾਂ ਕੀ ਜੇ ਤਾਂ ਪਕਾਈ ਤਾਂ ਦੇਣੀ ਆ ਉਹ ਵੀ ਇਸ ਮਾਰੇ ਆ ਪਕਾਈ ਤਾਂ ਦੇਣੀ ਆ ਕਿ ਉੱਥਾਂ ਪਕਵਾਉਣੇ ਵਾਲਾ ਕੋਈ ਨਹੀਂ ਤੁਸਾਂ ਕੀ ਪਤਾ ਵੀ ਹੈ ਆ ਦੋਈ ਗੱਲ ਇਹ ਹੈ ਕਿ ਜਿੱਥੇ ਤੱਕ ਮਾੜੇ ਭਰਾ ਦਾ ਵਿਆਹ ਨਹੀਂ ਹੋਣਾ ਉੱਧਰ ਤੱਕ ਤਾਂ ਮੈਂ ਉਹਨਾਂ ਕੀ ਪਕਾਈ ਤਾਂ ਦੇਣਾ ਪੈਸਾ ਇਹ ਤਾਂ ਮਾੜੀ ਮਜਬੂਰੀ ਆ ਹੈ ਮਾੜੀ ਅੰਮਾ ਕੋ ਤੁਸਾਂ ਦੀਆਂ ਚੀਜ਼ਾਂ ਨਹੀਂ ਭੁੱਖੀ ਨਹੀਂ ਮਾੜੀ ਅੰਮਾ ਤੁਸਾਂ ਦੀਆਂ ਚੀਜ਼ਾਂ ਪਰ ਧਾਰ ਵੀ ਨਹੀਂ ਮਾਰਨੀ ਜੇ ਅੰਮਾ ਕੀ ਰੋਟੀਆਂ ਵਿਆਹ ਤੋਂ ਬਾਅਦ ਪਕਵਾਉਣੀਆਂ ਸਨ ਤਾਂ ਅੰਮਾ ਤੂੰ ਕੀ ਵਿਆਹ ਤੱਕ ਵਾਸਤੇ ਦਿੱਤਾ ਸਾ ਮੈਂ ਇਹ ਗੱਲ ਦੱਸ ਹਾਂ ਜੇ ਅੰਮਾ ਕੀ ਇਹ ਸਾ ਕਿ ਮਾੜਾ ਰੋਟੀ ਪਕਾਉਣੇ ਵਾਲਾ ਕੋਈ ਨਹੀਂ ਤਾਂ ਅੰਮਾ ਵਾਲੇ ਵਿਆਹ ਤੱਕ ਵਾਸਤੇ ਦਿੱਤਾ ਸਾ ਵਿਆਹ ਤੂੰ ਕੀ ਅਸਾਂ ਆਂਦਾ ਆ ਮਊ ਦੀਆਂ ਰੋਟੀਆਂ ਪਿੱਛੇ ਜੇ ਤਾਂ ਤੂੰ ਪਕਾਉਣੀ ਹੈ ਕੀਆਂ ਪਕਾਉਣੀ ਹੈ ਆਪਣੇ ਘਰਾਂ ਦਾ ਸਾਰਾ ਕੰਮ ਉਸੇ ਤਰ੍ਹਾਂ ਪਿਆ ਰਹਿਣਾ ਜੇ ਤਾਂ ਤੂੰ ਮਊ ਦੀਆਂ ਰੋਟੀਆਂ ਪਕਾਉਣੀ ਹੈ ਅੱਜ ਤੋਂ ਬਾਅਦ ਤੂੰ ਖਬਰਦਾਰ ਉੱਥਾ ਜਾਣੀ ਵੇ ਭਾਈ ਬਿਲਕੁਲ ਆਪਣੇ ਘਰਾਂ ਦਾ ਕੰਮ ਕਰ ਇੱਥੇ ਅਸਾਂ ਨਿਕਾਹ
बड़ा काम मैं इथा ना करनी दसो ना, सारा काम मैं इथा करी ता जानी है। सुबह 4 बजे उठनी है ता सारा काम मुकाई ता फिर मैं अम्मा ने घर जानी है। दुई गल है या अम्मा ने घर ता मैं जासा ही जासा, मेरी अम्मा की था ता मेरे भाऊ की रोटी पकाई देने वाला कोई नहीं, उठा ता मैं जासा ही जासा भावे जो मर्जी हो जा, मी कौन जमिया रोकने वाला। भाई जे जासे हैं तब पक्की जासे हैं भाई, अपना सामान चाहिए था नाल खर्चे, तू भी जेता मऊना का अटका था मऊनिया जेता रोटियां पका ऐ पक्की पक्की, फिर उठे ही रहो। फिर उसकी भी पता लग गया, मैं फिर टी बी आई दी थी ता फिर उसकी पिछू कसते लवेरे टोरो टोर टोरो टोर टोरो टोर टोरो टोर, इस मारे यहाँ भाई सामान चुकता उठे ही जाने था, सामान चाहिए था थोड़ा तक यहाँ गेट बस फट सन तो हाँ समान में तक नहीं है इतना कड़ा इतना जोर तैला जरा समान बड़ा चाहिए था तू गेडू बार सटना एक बार सटो सही में तका तो सही हाँ इतने कड़े बच्चे मत जा मारे समान है ना लाथ लाने ले ली मैं सरसाना समान तड़ा चाहिए था बाहर, मैं थोड़ा समान है कि आग लासा ना, तू अगू बकवास करनी है, मैं थोड़ा समान चाहिए था बाहर सरसा थोड़ा समान है कि आग लासा। हाँ ओ वक्त गए आए जड़े नुआ ने समान चाहिए था बाहर सटने होने से ता जाइए था अगा लाने होने से हूँ ओ वक्त नहीं रे, एक बारी माड़ा समान चाहिए था बाहर सटो था मैं तो सनिया नासा मुआ चू समान ना ना पूरा कराया तो तुम माड़ा ना बटाई छोड़िया तो मेरे प्यू नी मेहनत नहीं कमाई तो अग लाई सार सो तो एक बारी हत्ता लाओ हमारे समान है कि मैं तक नहीं है तो हाथ किस तरह लाना है, उठना इतनी हिम्मत ही था आना साड़ ना मैं तक नहीं है ना साड़ आ बकवास ना कर मता मैं उठी तक जुतियां मार रही मैं एक सट्टी ना चपेड़ ता ओ कंधा ना पटाखी नहीं पेनी उसे सोरा है ता सोरा बनी तारो मारना ज्यादा आकड़ ना ज्यादा खसम बनने की कोशिश ना कर। दुई गल ए जा के मैं हाथ खसम है कि नहीं कदे लान देता था तू कौन होना से मिगी चपेड़ मारने वाला, तू मैं एक बार चपेड़ मारी देता तक तो तक ता सही फिर चपेड़ हो जानी कड़े कड़े पास आई है इतवाड़ी में टीबी सारी जिंदगी जेल है ना तू कड़िया कड़ियाई था मरिया इस गल नहीं छट मैं डीपीओ कला पेश हुई है ना कटवाई कटवाई तुम्हारिया नासा था मैं नासा मुंह जो खूना ने बड़ूकिया कटासा तो एक बारी मारनल हाथ ला हाँ तो तक ता सही मैं तुम्हारे पर केस किस तरह ठोकनी है बड़ा तो हाथ लासे तब तो मिगी चंड मारसे मैं तो आड़ा हाथ ही ना छड़ा जिस नाल मिगी चंड मारे।